ਲਾਈਟ ਦਾ ਫਾਲਟ ਹੈਗਾ ਕੋਈ, ਕੱਲ ਦਾ ਰਾਤ ਦਾ ਦੋ ਢਾਈ ਵਜੇ ਦਾ ਵਿਆਹ ਹੈ, ਕਦੇ ਆ ਵਿਜੇ ਸਵਾਮੀ ਵਾਲੀ ਗਲੀ ਤੇ ਆ ਦੋ ਤਿੰਨ ਗਲੀਆਂ ਇਹਨਾਂ ਦੀ ਸਵੇਰੇ ਪੰਜ ਸਾਢੇ ਪੰਜ ਵਜੇ ਲਾਈਟ ਆਈ ਹੈ, ਉਸ ਤੋਂ ਬਾਅਦ ਫਿਰ ਚਲੀ ਗਈ ਹੈ। ਹੁਣ ਵੀ ਦੋ ਤਿੰਨ ਵਾਰੀ ਉਹਨਾਂ ਨੇ ਠੀਕ ਕੀਤੀ ਹੈ, ਜੇਈ ਤੇ ਦੋ ਤਿੰਨ ਬੰਦੇ ਸਟਾਫ ਹੈਗੇ ਨੇ ਤੇ ਲਾਈਟ ਆਈ ਹੈ, ਪਰ ਨਾਲ ਦੀ ਨਾਲ ਫਿਰ ਉੱਡ ਜਾਂਦੀ ਹੈ। ਅਤੇ ਹੁਣ ਜਿਹੜਾ ਪਿੱਛੇ ਫੇਸ ਲਾਇਆ ਇਹਨਾਂ ਨੇ ਜੰਗੀਰ ਦੀ ਚੱਕੀ ਵਾਲਾ ਟਰਾਂਸਫਾਰਮਰ ਉੱਡ ਗਿਆ ਸੀ, ਉਹਦਾ ਫੇਸ ਲਾ ਕੇ ਹੁਣ ਪਿੱਛੇ ਕਹਿੰਦੇ ਨੇ ਕੋਈ ਚੱਕਰ ਵਾਲੇ ਝੁੱਗੇ ਫਾਲਟ ਲੱਭਿਆ ਕੀ ਹੈ। ਦਿੱਕਤ ਇਹ ਜਿਹੜੀ ਫਰੀ ਲਾਈਟ ਦੇਣ ਦਾ ਜਿਹੜਾ ਇਹ ਖਮਿਆਜਾ, 100-150 ਏਸੀ ਰੋਜ਼ ਫਾਜ਼ਿਲਕਾ ਵਿਕਦਾ ਪਿਆ, ਜਿੰਨਾ ਟੈਂਪਰੇਚਰ ਹੋਇਆ ਪਿਆ ਅਤੇ ਉਸ ਤੋਂ ਬਾਅਦ ਏਸੀ ਚੱਲਣ ਦੇ ਨਾਲ ਜਿੰਨੀ ਲਾਈਟ ਜ਼ਿਆਦਾ ਮਤਲਬ ਹੈਗੀ ਹੈ, ਟਰਾਂਸਫਾਰਮਰ ਨੂੰ ਸਾਹ ਹੀ ਨਹੀਂ ਆਉਂਦੇ ਪਏ। ਉੱਤੋਂ ਪ੍ਰਭਾਵ ਕੁਦਰਤ ਦੇ ਵੀ ਮਤਲਬ ਜਿਹੜਾ ਟੈਂਪਰੇਚਰ 45-46 ਡਿਗਰੀ ਹੋਇਆ ਪਿਆ। ਇਹ ਜਿਹੜੀਆਂ ਦਿੱਕਤਾਂ ਨੇ, ਸਰਕਾਰ ਨੂੰ ਜਿਹੜਾ ਇਸ ਬਾਰੇ ਧਿਆਨ ਦੇਣਾ ਪਵੇਗਾ, ਜਾਂ ਤਾਂ ਮਤਲਬ ਦਫ਼ਤਰਾਂ ਦਾ ਜਾਂ ਲਾਈਟ ਦਾ ਕੋਈ ਸਿਸਟਮ ਦਾ ਟਾਈਮ ਚੇਂਜ ਕਰਨ ਕਿ ਜਿਹੜਾ ਕੋਈ ਟਰਾਂਸਫਾਰਮਰ ਨੂੰ ਸਾਹ ਆਵੇ। ਇਹ ਤਾਂ ਟਿਕਣਗੇ, ਨਹੀਂ ਤਾਂ ਟਰਾਂਸਫਾਰਮਰ ਦੇ ਪਟਾਕੇ ਹੋਰ ਪੈਣਗੇ ਜੇ 10 ਦਿਨ ਹੋਰ ਇਸ ਤਰ੍ਹਾਂ ਮਤਲਬ ਜੇ ਗਰਮੀ ਰਹੀ ਅਤੇ ਜਿਵੇਂ ਏਸੀ ਵਿਕਦੇ ਪਏ ਨੇ ਅਤੇ ਏਸੀ ਚੱਲਣਗੇ ਤਾਂ ਦਿੱਕਤ ਆਵੇਗੀ ਆਵੇਗੀ। ਕਿੰਨੇ ਦਿਨਾਂ ਤੋਂ ਪਰੇਸ਼ਾਨ? ਆ ਬਸ 2-4 ਦਿਨਾਂ ਦੀ ਹੋਈ ਹੈ, ਜਦੋਂ ਟੈਂਪਰੇਚਰ ਜ਼ਿਆਦਾ ਥੋੜ੍ਹਾ ਜਿਹਾ ਹੋਇਆ ਰੈਗੂਲਰ ਮਤਲਬ ਹੋਣਾ। ਹੁਣ ਕਿੰਨਾ ਕੁ ਸਮਾਂ ਹੋ ਗਿਆ ਤੁਸੀਂ ਕਿਸ ਤਰ੍ਹਾਂ ਗਲੀਆਂ ਦੇ ਵਿੱਚ ਇੱਥੇ ਬੈਠੇ ਹੋਏ? ਇਹ ਤਾਂ ਲਾਈਟ ਤਾਂ ਬੰਦ ਹੈਗੀ ਹੈ, ਮਤਲਬ 9:45 ਦੀ ਟ੍ਰਿਪਿੰਗ ਹੋਈ ਜਾਂਦੀ ਹੈ ਸਾਢੇ 9:30 ਦੀ। ਹੁਣ ਕਿੰਨਾ ਟਾਈਮ ਹੋ ਗਿਆ? ਹੁਣ 12 ਦੇ ਕਰੀਬ ਟਾਈਮ ਹੋ ਗਿਆ ਅਤੇ ਅਜੇ ਤਾਂ ਉਵੇਂ ਦਾ ਹੈ ਨਹੀਂ, ਹੁਣ 10 ਮਿੰਟ ਚੱਲਣ ਤੋਂ ਬਾਅਦ ਪਤਾ ਲੱਗੇਗਾ ਕੋਈ ਲਾਈਟ ਦਾ ਕੋਈ ਸਟੇਬਲ ਹੁੰਦੀ ਵੀ ਹੈ ਕਿ ਨਹੀਂ। ਫਿਰ ਲੋਕ ਕਰਦੇ ਬਾਹਰ ਹੀ ਬੈਠੇ ਰਹਿੰਦੇ? ਦੇਖੋ ਇਹ ਤਾਂ ਕੁਦਰਤੀ ਗੱਲ ਹੈ, ਅੱਜ ਕੱਲ੍ਹ ਸਾਰਿਆਂ ਦੇ ਮਕਾਨ ਬੰਦ ਨੇ, ਖੁੱਲ੍ਹੀ ਜਗ੍ਹਾ ਹੈ ਨਹੀਂ ਅਤੇ ਨਾ ਲੋਕਾਂ ਨੂੰ ਖੁੱਲ੍ਹੀ ਜਗ੍ਹਾ ਸੌਣ ਦੀ ਆਦਤ ਹੈਗੀ ਹੈ। ਸਾਰੇ ਅੱਜ ਕੱਲ੍ਹ ਕਮਰਿਆਂ ਦੇ ਵਿੱਚ ਸੌਂਦੇ ਨੇ ਅਤੇ ਦਿੱਕਤ ਹੈਗੀ ਹੈ, ਕਮਰਿਆਂ ਦੇ ਅੰਦਰ ਪੜਾ ਸੀ ਅਤੇ ਜਿੰਨੀ ਦੇਰ 12-1 ਵਜੇ ਤੋਂ ਬਾਅਦ ਜਾ ਕੇ ਥੋੜ੍ਹੀ ਰਾਤ ਠੰਡੀ ਹੁੰਦੀ ਤਾਂ ਕੋਈ ਨੀਂਦ ਆਉਣ ਵੈਸੇ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਉਦੋਂ ਮਤਲਬ ਜਿਹੜਾ ਲੋਕ ਅੰਦਰ ਜਾਂਦੇ ਨੇ। ਹੁਣ ਜੇ ਹੁਣ ਲਾਈਟ ਚਲੀ ਵੀ ਜਾਵੇ ਤਾਂ ਉਸ ਤੋਂ ਬਾਅਦ ਤੁਹਾਨੂੰ 1 ਵਜੇ ਤੋਂ ਬਾਅਦ ਨਜ਼ਰ ਨਹੀਂ ਆਵੇਗਾ ਸੜਕ 'ਤੇ ਕੋਈ ਵੀ। ਮੱਛਰ ਹੈਗੇ ਨੇ? ਮੱਛਰ ਨਹੀਂ ਹੈਗੇ, ਨਹੀਂ ਗਰਮੀ 'ਚ ਮੱਛਰ ਕਿੱਥੇ, ਬੰਦਿਆਂ ਦੀ ਜਾਨ ਨਿਕਲੀ ਵੀ ਹੈ। ਕੀ ਨਾਂ ਸਰ ਆਪਣਾ? ਮੈਂ ਰਕੇਸ਼ ਸਿੰਘ ਦੇਵਾ।